ਫਰੀਦਕੋਟ ਵਿੱਚ ਪੁਲਿਸ ਕਸਟਡੀ ਵਿੱਚ ਮਾਰੇ ਗਏ ਨੌਜਵਾਨ ਜਸਪਾਲ ਸਿੰਘ ਦਾ ਮਾਮਲਾ ਲਗਾਤਾਰ ਚਰਚਾ ਵਿੱਚ ਹੈ। ਹੁਣ ਚਰਚਾ ਹੈ ਜਸਪਾਲ ਸਿੰਘ ਨੂੰ ਇਨਸਾਫ ਦਿਵਾਉਣ ਲਈ ਬਣਾਈ ਗਈ ਸੰਘਰਸ਼ ਕਮੇਟੀ ਦੋ ਧੜਿਆਂ ਵਿੱਚ ਵੰਡੀ ਗਈ ਹੈ ਅਤੇ ਲੱਖਾ ਸਿਧਾਨਾ ਨੇ ਇਸ ਕਮੇਟੀ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ। ਕਿਹਾ ਜਾ ਰਿਹਾ ਹੈ ਕਿ ਕੇਸ ਵਿੱਚ ਇਨਸਾਫ ਦਿਵਾਉਣ ਵਾਲੀ ਬਣੀ ਸੰਘਰਸ਼ ਕਮੇਟੀ ਵਿੱਚ ਮੌਜੂਦ ਕੁਝ ਲੋਕਾਂ ਵੱਲੋਂ ਕੀਤੀ ਜਾ ਰਹੀ ਮਨਮਰਜ਼ੀ ਦੇ ਕਾਰਨ ਲੱਖਾ ਸਿਧਾਨਾ ਨੇ ਇਨਸਾਫ ਮੋਰਚੇ ਤੋਂ ਦੂਰੀ ਬਣਾਉਣ ਦਾ ਫੈਸਲਾ ਕਰ ਲਿਆ। ਨਾਲ ਹੀ ਲੱਖਾ ਸਿਧਾਨਾ ਨੇ ਲਾਈਵ ਹੋ ਕੇ ਕਮੇਟੀ ਦੇ ਕੁਝ ਮੈਂਬਰਾਂ ਤੇ ਗੰਭੀਰ ਇਲਜ਼ਾਮ ਲਗਾਏ ਨੇ। ਲੱਖਾ ਸਿਧਾਨਾ ਦਾ ਕਹਿਣਾ ਹੈ ਕਿ ਉਸ ਨੂੰ ਗ੍ਰਿਫਤਾਰ ਕਰਵਾਉਣ ਦੀ ਵੀ ਮੰਗ ਕਮੇਟੀ ਦੇ ਮੈਂਬਰਾਂ ਵੱਲੋਂ ਆਈ ਜੀ ਦੇ ਸਾਹਮਣੇ ਕੀਤੀ ਗਈ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸੰਗਤਾਂ ਨੇ ਜਿਹੜੀ ਵਿਚਾਰ ਕਰਨੀ ਸੀਗੀ, ਅੱਜ ਮਾਰਚ ਰੱਖਿਆ ਸੀ ਜਿਹੜਾ ਫਰੀਦਕੋਟ, 29 ਤਰੀਕ ਦਾ ਜਿਹੜਾ ਕਾਲ ਦਿੱਤੀ ਹੋਈ ਸੀਗੀ ਸੰਗਤਾਂ ਨੂੰ, ਅਤੇ ਬਹੁਤ ਵੱਡੇ ਪੱਧਰ 'ਤੇ ਨੌਜਵਾਨ ਅਤੇ ਜਿਹੜੀ ਸਿੱਖ ਸੰਗਤ ਉੱਥੇ ਆਮ ਪੰਜਾਬੀ ਵੀਰ ਜਿਹੜੇ ਉੱਥੇ ਪਹੁੰਚੇ ਆ ਬਹੁਤ ਵੱਡੇ ਪੱਧਰ 'ਤੇ। ਅਤੇ ਪਰ ਉੱਥੇ ਹੋਇਆ ਕਿ ਜਿਹੜੀ ਸੰਘਰਸ਼ ਕਮੇਟੀ ਬਣੀ ਹੋਈ ਸੀ ਜਿਹਦੇ ਵਿੱਚ ਜ਼ਿਆਦਾਤਰ ਕਾਮਰੇਡ ਵੀਰ ਹੀ ਸੀਗੇ, ਅਤੇ ਚਲੋ ਸਾਡੀ ਕਿਸੇ ਪਾਰਟੀ ਬਾਈ ਨਾਲ ਤਾਂ ਕੋਈ ਉੱਥੇ ਕੋਈ ਗੱਲਬਾਤ ਹੈ ਨਹੀਂ ਗੀ, ਪਰ ਜਿਹੜਾ ਉਹਨਾਂ ਨੇ ਅੱਜ ਕੀਤਾ ਉਹ ਬਹੁਤ ਦੁਖਦਾਈ ਲੱਗਿਆ, ਉਹਦੇ ਕਰਕੇ ਅਸੀਂ ਤੁਹਾਡੇ ਨਾਲ ਅੱਜ ਗੱਲਬਾਤ ਕਰਨੀ ਚਾਹੀ। ਉੱਥੇ ਜਿਹੜੀ ਕਮੇਟੀ ਬਣੀ ਆ ਉਹ ਸਾਰੇ ਕਾਮਰੇਡ ਆ, ਵਿੱਚੋਂ 2-4 ਬੰਦੇ ਆਪਣੇ ਪਾਏ ਆ, ਉਹ ਵੀ ਜਿਹੜਾ ਲੱਖਾ ਸਿਧਾਨਾ ਪਾਇਆ ਸੀ ਵੀਰ, ਉਹਨੇ ਵੀ ਅੱਜ ਅਸਤੀਫਾ ਦੇ ਤਾ। ਲੱਖਾ ਸਿਧਾਨਾ ਜਿਹੜਾ ਉਹਨੇ ਅੱਜ ਕਮੇਟੀ 'ਚੋਂ ਬਾਹਰ ਹੋ ਗਿਆ, ਅਸੀਂ ਵੀ ਪਾਸੇ ਹੋ ਗਏ। ਗੁਰਸੇਵਕ ਭਾਣਾ ਸੀ, ਉਹ ਉਹਨਾਂ ਨੇ ਲਿਆ ਨਹੀਂ, ਕਿਉਂਕਿ ਉਹਦੇ ਭਿੰਡਰਾਲੇ ਦੀ ਸ਼ਰਟ ਪਾਈ ਸੀ, ਆਹ ਤਾਂ ਸਾਡੀ ਸੋਚ ਆ ਲੋਕਾਂ ਦੀ। ਅਤੇ ਚਲੋ ਉਹ ਤਾਂ ਜਿਹੜੇ ਹੋਇਆ ਅਸੀਂ ਚੁੱਪ ਕਰ ਗਏ, ਅਸੀਂ ਤਾਂ ਸਾਥ ਹੀ ਦੇਣਾ ਸੀਗਾ, ਜ਼ਰੂਰੀ ਤਾਂ ਨਹੀਂ ਕਮੇਟੀ 'ਚ ਰਹਿ ਕੇ ਸਾਥ ਦੇ ਸਕਦੇ ਹਾਂ, ਆਪਾਂ ਸਾਥ ਉੱਦਾਂ ਵੀ ਦੇ ਸਕਦੇ ਹਾਂ। ਅਤੇ ਚਲੋ ਅਸੀਂ ਸਾਥ ਦੇਣ ਦੀ ਕੋਸ਼ਿਸ਼ ਕੀਤੀ, ਬਹੁਤ ਵੱਡੇ ਪੱਧਰ 'ਤੇ ਜਿਹੜੇ ਅੱਜ ਨੌਜਵਾਨ ਵੀਰ ਉੱਥੇ ਸੰਗਤ ਪਹੁੰਚੀ, ਪੰਜਾਬੀ ਵੀਰ ਪਹੁੰਚੇ, ਉਹ ਉਹਨਾਂ ਨੂੰ ਭੁਲੇਖਾ ਇਹ ਪੈ ਗਿਆ ਵੀ ਸਾਡੇ ਮਗਰ ਇਕੱਠ ਆ। ਜਿਹੜਾ ਉਹ ਇਕੱਠ ਸੀਗਾ ਉਹ ਜਸਪਾਲ ਸਿੰਘ ਕਰਕੇ ਹੋਇਆ ਸੀ, ਨਾ ਕਿ ਉਹ ਮੇਰੇ ਕਰਕੇ ਜਾਂ ਉਹ ਕਮੇਟੀ ਕਰਕੇ ਅਤੇ ਜਾਂ ਕਿਸੇ ਹੋਰ ਬੰਦੇ ਕਰਕੇ ਹੋਇਆ ਸੀਗਾ। ਅਤੇ ਉਹ ਸੁਬਹਾ 9 ਵਜੇ ਤੋਂ ਲੈ ਕੇ ਉਹਨਾਂ ਨੇ ਸਪੀਕਰ ਹੀ ਨਹੀਂ ਛੱਡਿਆ, ਸੁਬਹਾ 9 ਵਜੇ ਤੋਂ ਲੈ ਕੇ ਇਕੱਲੇ ਕਿਸੇ ਬੰਦੇ ਨੂੰ ਬੋਲਣ ਨਹੀਂ ਦਿੱਤਾ, ਸਾਰੇ ਆਪਦੇ ਯੂਨੀਅਨ ਵਾਲੇ ਜਿਹੜੇ ਬੰਦੇ ਸੀ ਸਾਰੇ ਉਹੀ ਬੋਲੀ ਗਏ, ਸਾਰੇ ਬੁਲਾਰੇ ਉਹਨਾਂ ਨੇ ਉਹੀ ਜਿਹੜੀ ਗੱਲ ਕਰਕੇ ਲੋਕ ਆਏ ਸੀ ਜਿਹਦੇ ਕਰਕੇ ਪਤਾ ਸੀ ਉਹਦੇ ਉੱਤੇ ਉਹਨਾਂ ਨੇ ਕੋਈ ਕੱਖ ਗੱਲ ਨਹੀਂ ਕੀਤੀ, ਸਿਰਫ ਆਪਦੀਆਂ ਗੱਲਾਂ ਕਰੀ ਕੇ ਆਏ ਆ, ਜੋ ਆਏ ਬਸ ਆਈ ਬੋਲੀ ਬਾਲੀ ਗਏ। ਅਤੇ ਚਲੋ ਸਾਰੇ ਨੌਜਵਾਨ ਸਾਰੀ ਸੰਗਤ ਰੌਲਾ ਪਾਉਣ ਲੱਗ ਗਈ ਵੀ ਤੁਸੀਂ ਸਾਨੂੰ ਸਕਾਲ ਦਿੱਤੀ ਆ, ਪੰਜਾਬ ਤੋਂ ਇੰਨੇ ਇੰਨੇ ਵੀਰ ਆਏ ਆ, ਕਿੰਨੇ ਐਡਿਟ ਆਏ ਸੀ, ਕਿੰਨੀਆਂ ਮੇਰੀਆਂ ਭੈਣਾਂ ਆਈਆਂ ਸੀ, ਕਿੰਨੀ ਦੂਰੋਂ ਦੂਰੋਂ ਆਏ ਸੀ, ਕੋਈ ਸੰਗਰੂਰ ਤੋਂ, ਕੋਈ ਕਿਤੋਂ, ਕੋਈ ਕਿਤੋਂ। ਅਤੇ ਪਰ ਉਹਨਾਂ ਨੇ ਕੀ ਕੀਤਾ, ਉਹ ਕਹਿੰਦੇ ਵੀ ਚਲੋ ਸਾਰਿਆਂ ਦੀ ਗੱਲ ਮੰਨ ਕੇ ਕਹਿੰਦੇ 3 ਵਜੇ ਆਪਾਂ ਜਿਹੜਾ ਮਾਰਚ ਉਹ ਤੋਰਾਂਗੇ ਸ਼ਹਿਰ ਦੇ ਵਿੱਚ ਦੀ। ਜਦੋਂ 3 ਵਜ ਗਏ ਤਾਂ ਲੋਕ ਕਹਿੰਦੇ ਵੀ ਚਲੋ, ਅਤੇ 3 ਵਜੇ ਚੱਕ ਕੇ ਜਵਾਬ ਦੇ ਤਾ, ਕਹਿੰਦੇ ਵੀ ਅਸੀਂ ਨਹੀਂ ਮਾਰਚ ਕੱਢਣਾ ਗਾ, ਅਸੀਂ ਤਾਂ ਇੱਥੇ ਹੀ ਬੈਠਣਾ, ਇੱਥੇ ਬਹਿ ਕੇ ਗੱਲਬਾਤ ਕਰਨੀ ਹੈ SSP ਦੇ ਦਫ਼ਤਰ ਮੂਹਰੇ, ਅਤੇ ਜੇ ਉੱਥੇ ਹੀ ਕਰਨੀ ਸੀ ਤਾਂ ਇਕੱਠ ਕਿਉਂ ਸੱਦਿਆ ਸੀ, ਉੱਥੇ ਤਾਂ ਤੁਹਾਨੂੰ 10 ਦਿਨ ਹੋ ਗਏ ਗੱਲ ਕਰੀ ਜਾਂਦੇ ਹਾਂ, ਐਡਾ ਵੱਡਾ ਇਕੱਠ, ਇੰਨੀ ਲੋਕ ਇੰਨੀ ਦੂਰੋਂ ਐਡੀ ਵੱਡੀ ਤਾਦਾਦ ਦੇ ਵਿੱਚ ਆਏ, ਉਹਨਾਂ ਨੂੰ ਕਿਉਂ ਸੱਦਿਆ ਸੀਗਾ। ਅਤੇ ਚਲੋ ਉਹ ਫਿਰ ਸਾਰਿਆਂ ਨੇ ਰੌਲਾ ਪਾਤਾ, ਸਾਰਾ ਪੰਡਾਲ ਇੱਕ ਪਾਸੇ ਹੋ ਗਿਆ, ਜਿਹੜੇ ਉਹਨਾਂ ਦੇ ਆਪਦੇ ਸੀਗੇ ਝੰਡੇ ਵਾਲੇ ਜਿਹੜੇ 100-50 ਬੰਦਾ ਸੀ ਉਹ ਰਹਿ ਗਿਆ ਇਕੱਲਾ, ਅਤੇ ਵੀਰ ਲੱਖਾ ਸਿਧਾਨਾ ਹੋਰ ਸਾਰਿਆਂ ਨੇ ਰਲ ਮਿਲ ਕੇ ਇੱਕ ਮਾਰਚ ਲੀਕਤਾ ਵੀ ਜਿਹੜੇ ਆਪਾਂ ਜਿਹਦੇ ਕਰਕੇ ਲੋਕਾਂ ਨੂੰ ਸੱਦਿਆ ਆਪਾਂ ਇੱਕ ਮਾਰਚ ਕਰੀਏ, ਨਹੀਂ ਤਾਂ ਲੋਕਾਂ ਨੇ ਆਪਾਂ ਨੂੰ ਵੀ ਗਾਲਾਂ ਕੱਢਣੀਆਂ, ਲੋਕਾਂ ਨੇ ਕਹਿਣਾ ਇੰਨੀ ਵਾਰ ਅਸੀਂ ਆਏ ਹਾਂ ਅਤੇ ਕੀ ਫਾਇਦਾ ਹੋਇਆ ਆਇਆਂ ਦਾ, ਅਤੇ ਇੱਕ ਮਾਰਚ ਕੱਢਿਆ ਜਿਹੜਾ SSP ਦਫ਼ਤਰ ਤੋਂ ਲੈ ਕੇ ਬਾਜ਼ਾਰ ਵੇਚ ਦੀ ਹੋਇਆ, ਉਹ ਸੰਘਰਸ਼ ਕਮੇਟੀ ਨੇ ਉਹ ਅਲੱਗ ਕੀਤਾ। ਸੰਘਰਸ਼ ਕਮੇਟੀ ਦਾ ਕੋਈ ਵੀ ਬੰਦਾ ਇਸ ਮਾਰਚ ਦੇ ਵਿੱਚ ਸ਼ਾਮਿਲ ਨਹੀਂ ਹੋਇਆ, ਸਾਰੇ ਨੌਜਵਾਨ ਸੀ, 1500 ਜਾਂ ਜਿੰਨਾ ਵੀ ਸੀ ਵੱਡੀ ਗਿਣਤੀ ਸੀਗੀ, ਸਾਰੇ ਨੌਜਵਾਨ ਹੀ ਸੀਗੇ। ਅਤੇ ਪਰ ਕਾਮਰੇਡਾਂ ਨੇ ਜਵਾਬ ਦਿੱਤਾ ਸਾਫ਼, ਕਹਿੰਦੇ ਆਖੇ ਤੁਸੀਂ 84  'ਚ ਵੀ ਮੁੰਡੇ ਮਰਾਏ ਸੀ ਅਤੇ ਹੁਣ ਵੀ ਤੁਸੀਂ ਸਾਡੇ ਮੁੰਡੇ ਮਰਾਉਣ ਨੂੰ ਫਿਰਦੇ ਹਾਂ, ਆਹ ਉਹਨਾਂ ਦੀ ਵਰਡਿੰਗ ਸੀਗੀ। ਅਤੇ ਚਲੋ ਉਹਨਾਂ ਤੋਂ ਪਾਸੇ ਹੋ ਕੇ ਸਾਰੇ ਇੱਕ ਪਾਸੇ ਹੋ ਗਏ, ਉਹਨਾਂ ਨੂੰ ਵੇਖ ਕੇ ਵੀ ਜਦੋਂ 100 ਹੁਣ ਲੋਕ ਇੰਨੀ ਗਿਣਤੀ 'ਚ ਆਏ ਆ, ਸੁਬਹਾ 9 ਵਜੇ ਤਾਂ ਤੁਸੀਂ ਸਪੀਕਰ ਨੂੰ ਤੰਬੜੇ ਵੇ ਬੋਲੀ ਜਾਂਦੇ, ਅਸੀਂ ਤਾਂ ਇੱਕ ਵਾਰੀ ਵੀ ਨਹੀਂ ਬੋਲੇ, ਸਪੀਕਰ 'ਤੇ ਬੋਲੀ ਗਏ 3 ਵਜੇ ਤੱਕ ਰੱਜੇ ਨਹੀਂ ਸਪੀਕਰ 'ਤੇ ਬੋਲ ਬੋਲ ਕੇ।
ਤੇ ਚਲੋ ਇੱਕ ਪਾਸੇ ਹੋ ਕੇ ਸੰਘਰਸ਼ ਕਮੇਟੀ ਤੋਂ ਪਾਸੇ ਹੋ ਕੇ ਸੰਘਰਸ਼ ਕਮੇਟੀ ਖਤਮ ਕਰਕੇ ਵੀ ਤੁਸੀਂ ਆਪਦਾ ਜੋ ਬੋਲੀ ਜਾਓ, ਚਲੋ 9 ਵਜੇ ਤੋਂ ਲੈ ਕੇ ਹੁਣ ਤੱਕ ਬੋਲੀ ਜਾਂਦੇ 3 ਵੱਜ ਗਏ ਤੇ ਸਾਰੇ ਨੌਜਵਾਨਾਂ ਨੇ ਸਾਰੇ ਜਿਹੜੇ ਅੰਦਰ ਦਰਦੀ ਸੀ, ਜਿਹੜੇ ਅੰਦਰੋਂ ਦੂਰੋਂ ਚੱਲ ਕੇ ਆਏ ਸੀ ਵੀ ਯਾਰ ਕੁਛ ਨਾ ਕੁਛ ਕਰਨਾ ਜਸਪਾਲ ਨੂੰ ਕਿਉਂ ਮਾਰਿਆ, ਉਹਨਾਂ ਨੇ ਸਾਰਿਆਂ ਨੇ ਬਾਜ਼ਾਰ ਵੇਚ ਦੀ। ਪਹਿਲਾਂ ਤਾਂ ਪੁਲਿਸ ਕੱਢਣ ਨਹੀਂ ਦਿੰਦੀ ਸੀ, ਪਰ ਜਦੋਂ ਸੰਗਤ ਸਾਰੀ ਇੱਕ ਪਾਸੜੀ ਹੋ ਗਈ, ਸਾਰੇ ਇੱਧਰਲੇ ਪਾਸੇ ਹੋ ਗਏ ਵੀ ਮਾਰਚ ਕੱਢਣਾ ਹੀ ਕੱਢਣਾ, ਤਾਂ ਚਲੋ ਪੁਲਿਸ ਨੇ ਵੀ ਉਹ ਮਾਰਚ ਕੱਢਣ ਦਾ ਇਜਾਜ਼ਤ ਦੇ ਦਿੱਤੀ, ਚਲੋ ਬਾਜ਼ਾਰ ਵੇਚ ਦੀ ਮਾਰਚ ਕੱਢਤਾ। ਜਿਹੜਾ ਹੁਣ ਅਗਲਾ ਪ੍ਰੋਗਰਾਮ ਆ, ਇਹ ਤਾਂ ਸੀਗੀ ਅੱਜ ਦੀ ਗੱਲ, ਕਾਮਰੇਡਾਂ ਨੇ ਜਿਹੜਾ ਉੱਥੇ ਸਾਰੀ ਦਿਹਾੜੀ ਕਬਜ਼ਾ ਕਰੀ ਰੱਖਿਆ ਸਟੇਜ 'ਤੇ, ਕਿਸੇ ਨੂੰ ਬੋਲਣ ਨਹੀਂ ਦਿੱਤਾ ਅਤੇ ਕੋਈ ਉੱਥੋਂ ਪ੍ਰੋਗਰਾਮ ਨਹੀਂ ਦਿੱਤਾ ਗਾਂਹ ਦਾ, ਲੋਕ ਜਿਹੜੇ ਆਏ ਸੀ ਉਹਨਾਂ ਨੂੰ ਖੱਸੀ ਕੀਤਾ, ਖੱਜਲ ਹੀ ਕੀਤਾ, ਜਿਹੜੇ ਇੰਨੀ ਤਾਦਾਦ ਦੇ ਵਿੱਚ ਜਿਹੜੇ ਆਏ ਸੀਗੇ। ਸਾਫ਼ ਜਵਾਬ ਦਿੱਤਾ ਉਹ, ਕਹਿੰਦੇ ਅਸੀਂ ਇੱਥੋਂ ਨਹੀਂ ਜਾਣਾ ਗਾ, ਅਸੀਂ ਕੋਈ ਹੁੱਲੜਬਾਜ਼ੀ ਨਹੀਂ ਕਰਨੀ, ਕੋਈ ਕੁਛ ਨਹੀਂ ਕਰਨਾ, ਹਾਲਾਂਕਿ ਅਸੀਂ ਹੁੱਲੜਬਾਜ਼ੀ ਕੀਤੀ ਹੈ, ਬਾਜ਼ਾਰ ਵਿੱਚ ਇੱਕ ਸ਼ਾਂਤਮਈ ਮਾਰਚ ਕਰਕੇ ਮੁੜੇ ਆਏ ਹਾਂ। ਅੱਛਾ, ਅਗਲੀ ਜਿਹੜੀ ਬੇਨਤੀ ਕਰਨੀ ਹੈ ਸੰਗਤ ਨੂੰ, ਕਿਉਂ ਕਰਕੇ ਪੁਲਿਸ ਲਾਸ਼ ਕਿਉਂ ਨਹੀਂ ਲੱਭ ਰਹੀ? ਜਿਹੜੀ ਲਾਸ਼ ਜਿਹੜੀ ਹੁਣ ਉਹ 5 ਘੰਟੇ ਦੀ ਸੀੜੀ ਬਣੀ ਹੋਈ ਹੈ, ਜਦੋਂ 5 ਘੰਟੇ ਜਸਪਾਲ ਨੂੰ ਸੀ ਸਟਾਫ ਦੇ ਵਿੱਚ ਰੱਖਿਆ, ਉਹਦੇ ਵਿੱਚ ਇੱਕ ਥਾਂ 'ਤੇ ਵੀ ਇਹ ਗੱਲ ਹੈ ਨਹੀਂ ਵੀ ਜਸਪਾਲ ਨੇ ਸਾਫਾ ਲੈ ਕੇ ਜਾਂ ਚਾਦਰ ਲੈ ਕੇ ਜਿਹੜਾ ਫਾਹਾ ਲਿਆ ਉਹ ਵਿੱਚ ਹੈ ਹੀ ਨਹੀਂ। ਵੱਡੀ ਗੱਲ ਇਹ ਐਵੇਂ ਫੈਲਾ ਦਿੱਤੀ ਗਈ ਆ ਵੀ ਉਹਨੇ ਫਾਹਾ ਲੈ ਲਿਆ, ਕੋਈ ਉਹਨੇ ਫਾਹਾ ਨਹੀਂ ਲਿਆ ਗਾ, ਸਾਰੀ ਸੀੜੀ ਕਲੀਅਰ ਹੋ ਗਈ ਹੈ, ਸਾਰੀ ਸੀੜੀ ਦੇਖ ਲਈ ਹੈ, ਕੋਈ ਉਹਦੇ ਵਿੱਚ ਜਸਪਾਲ ਕਿਤੇ ਵੀ ਬੈਠਾ ਫਾਹਾ ਨਹੀਂ ਲੈ ਰਿਹਾ, ਇਹ ਗੱਲ ਕਲੀਅਰ ਹੋ ਗਈ ਹੈ। ਇਹ ਵੱਡਾ ਜਿਹੜੀ ਦੁਬਧਾ ਪਾਈ ਗਈ ਸੀ, ਦੂਜੀ ਇੱਕ ਦੋ ਬੰਦੇ ਹੋਰ ਦੁਬਧਾ ਪਾਈ ਜਾਂਦੇ, ਉਹਨੂੰ ਮੂਹਰੇ ਕਰਤਾ, ਉਹਨੂੰ ਕਰਤਾ ਜੀ, ਜਸਪਾਲ ਤਾਂ ਕੁੜੀਆਂ ਵੇਚਦਾ ਸੀ, ਉਹ ਤਾਂ ਬਲਾਤਕਾਰੀ ਸੀ, ਜਿਹੜੇ ਵੀਰ ਤੋਂ ਘਵਾਇਆ ਉਹ ਵੀ ਉੱਥੇ ਆ ਗਿਆ ਸੀ, ਉਹਨੇ ਵੀ ਅੱਜ ਸਪਸ਼ਟੀਕਰਨ ਦੇ ਤਾ ਵੀ ਇੱਦਾਂ ਦੀ ਕੋਈ ਗੱਲ ਨਹੀਂ ਸੀ, ਨਾ ਕੋਈ ਇਹੋ ਜਿਹਾ ਜਸਪਾਲ ਨੇ ਕੰਮ ਕਰਦਾ ਸੀ, ਨਾ ਮੈਂ ਉਹਨੂੰ ਇਹੋ ਜਿਹੇ ਕੰਮ ਦਾ ਕਦੇ ਵੇਖਿਆ। ਚਲੋ ਅਗਲਾ ਪ੍ਰੋਗਰਾਮ ਆ ਜਿਹੜੀ ਹੁਣ ਲਾਸ਼ ਕਿਉਂ ਨਹੀਂ ਲੱਭ ਕੇ ਦੇ ਰਹੇ ਇਹ? ਜੇ ਲਾਸ਼ ਦਿੰਦੇ ਆ ਤਾਂ ਪੁਲਿਸ ਵਾਲੇ ਫਸਦੇ ਆ, ਕਿਉਂਕਿ ਲਾਸ਼ ਇਹਨਾਂ ਨੇ ਮਾਰਿਆ ਉਹਨੂੰ, ਜੇ ਲਾਸ਼ ਲੱਭਦੀ ਤਾਂ ਪੋਸਟਮਾਰਟਮ ਹੋਊਗਾ, ਸਾਰਾ ਕੁਛ ਹੋਊਗਾ, ਗੱਲ ਸਾਹਮਣੇ ਆਊਗੀ। ਤੇ 10 ਦਿਨ ਹੋ ਗਏ ਜਿਹੜੇ ਇਹ ਲੋਕ ਆ ਨਾ ਜਿਹੜੇ ਉੱਥੇ ਬੈਠੇ ਆ ਸੰਘਰਸ਼ ਕਮੇਟੀ ਵਾਲੇ, ਇਹ ਵਿਕ ਕੇ ਹੀ ਬੈਠੇ ਆ, ਇਹ ਪਹਿਲਾਂ ਹੀ ਵਿਕ ਕੇ ਬੈਠੇ, ਬਾਅਦ 'ਚ ਨਹੀਂ, ਹੁਣ ਪਹਿਲਾਂ ਹੀ ਵਿਕੇ ਹੋਏ ਆ, ਕਿਉਂਕਿ 10 ਦਿਨ ਹੋ ਗਏ ਇਹਨਾਂ ਨੇ ਸਾਰਾ ਕੁਛ ਠੰਡਾ ਪਾਤਾ, ਹੁਣ ਲਾਸ਼ ਨੂੰ ਕੀ ਲੱਭਾਂਗੇ, ਕਿੱਥੋਂ ਲੱਭੂਗੀ ਲਾਸ਼, 10 ਦਿਨ ਹੋ ਗਏ 12 ਅੱਜ, ਅਤੇ ਲਾਸ਼ ਦੇ ਵਿੱਚ ਰਿਹਾ ਵੀ ਕੀ ਹੋਊਗਾ ਅੱਜ 10-12 ਦਿਨਾਂ ਬਾਅਦ? ਅਤੇ ਅੱਜ ਵੀ ਉਹ ਕੋਈ ਪ੍ਰੋਗਰਾਮ ਚੰਗਾ ਦੇਣ ਨੂੰ ਤਿਆਰ ਨਹੀਂ ਸੀ, ਇਹ ਤਾਂ ਆਪਦੀ ਮਰਜ਼ੀ ਨਾਲ ਸੰਗਤ ਨੇ ਇੱਕ ਪਾਸੜ ਹੋ ਕੇ ਜਿਹੜਾ ਮਾਰਚ ਕੱਢਿਆ ਬਾਜ਼ਾਰ ਵੇਚ ਦੀ। ਸਤਿ ਸ਼੍ਰੀ ਅਕਾਲ ਪੰਜਾਬੀਓ, ਆਪਾਂ ਇੱਕ ਕੱਲ੍ਹ ਵਾਲੇ ਫਰੀਦਕੋਟ ਜਿਹੜਾ ਜਸਪਾਲ ਨੂੰ ਇਨਸਾਫ ਦਿਵਾਉਣ ਦੇ ਲਈ ਵੱਡਾ ਇੱਕ ਇਕੱਠ ਜਿਹੜਾ ਵੱਖ ਵੱਖ ਜਥੇਬੰਦੀਆਂ ਵੱਲੋਂ ਰੱਖਿਆ ਗਿਆ ਸੀ, ਉਹਦੇ 'ਚ ਵੱਡੀ ਗਿਣਤੀ ਦੇ ਵਿੱਚ ਜਿਹੜੀ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਦੇ ਵਿੱਚੋਂ ਸ਼ਮੂਲੀਅਤ ਕੀਤੀ ਲੋਕਾਂ ਨੇ, ਨੌਜਵਾਨਾਂ ਨੇ, ਤੇ ਲਗਾਤਾਰ ਆਪਾਂ ਪਿਛਲੀ 19 ਤਰੀਕ ਤੋਂ ਲੈ ਕੇ 29 ਹੋ ਗਈ ਆ, 10 ਦਿਨ ਆਪਾਂ ਹੋ ਗਏ ਆ ਜਿਹੜਾ ਸੰਘਰਸ਼ ਚੱਲ ਰਿਹਾ। ਜਸਪਾਲ ਦੀ ਲਾਸ਼ ਨਹੀਂ ਹਾਲੇ ਲੱਭ ਰਹੀ, ਜਿਹੜੇ ਪੁਲਿਸ ਵਾਲੇ ਹੋਰ ਰਹਿੰਦੇ ਨੇ ਉਹ ਨਾਮਜ਼ਦ ਨਹੀਂ ਹੋ ਰਹੇ, ਤੇ ਜਾਂ ਹੋਰ ਵੀ ਜਿੰਨੀਆਂ ਉਸ ਕੇਸ ਨਾਲ ਜੁੜੀਆਂ ਹੋਈਆਂ ਗੱਲਾਂ ਬਾਤਾਂ ਨੇ ਉਹ ਹਲੇ ਪੂਰੀਆਂ ਨਹੀਂ ਕੀਤੀਆਂ ਜਾ ਰਹੀਆਂ। ਦੋਸਤੋ, ਮੈਂ ਜਿਹੜੀ ਗੱਲ ਤੁਹਾਡੇ ਨਾਲ ਕਰਨ ਲੱਗਿਆ, ਮੈਂ ਇਹ ਚਾਹੁੰਦਾ ਨਹੀਂ ਸੀ ਕਿ ਮੈਂ ਗੱਲ ਕਰਾਂ, ਮੈਨੂੰ ਇਹ ਸੀ ਕਿ ਸੰਘਰਸ਼ ਆ ਜਿਹੜਾ, ਜਦੋਂ ਇਹੋ ਜਿਹੀਆਂ ਗੱਲਾਂ ਬਾਤਾਂ ਸੰਘਰਸ਼ਾਂ ਦੇ ਵਿੱਚ ਆਉਂਦੀਆਂ ਨੇ ਤਾਂ ਸੰਘਰਸ਼ ਜਿਹੜੇ ਉਹ ਰੁਲ ਜਾਂਦੇ ਨੇ, ਸੰਘਰਸ਼ ਫੇਲ ਹੋ ਜਾਂਦੇ ਨੇ, ਸੰਘਰਸ਼ ਜਿਹੜੇ ਤਾਰ ਪਿੰਡ ਹੋ ਜਾਂਦੇ ਨੇ। ਪਰ ਮੈਂ ਕਿਉਂ ਕਰਨ ਲੱਗਿਆ, ਮੈਂ ਤੁਹਾਨੂੰ ਕਾਰਨ ਦੱਸ ਦਿੰਦਾ ਕਿ ਕੱਲ 29 ਤਰੀਕ ਨੂੰ ਜਿਹੜਾ ਇਕੱਠ ਰੱਖਿਆ ਗਿਆ ਸੀਗਾ ਉਹਦੇ ਬਾਰੇ ਮੈਂ ਗੱਲ ਕਰਨੀ ਚਾਹੁੰਦਾ। ਕੱਲ ਬਹੁਤ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਜਿਹੜੇ ਉਹ ਜਲੰਧਰ ਤੋਂ, ਗੁਰਦਾਸਪੁਰ ਤੋਂ, ਲੁਧਿਆਣਾ, ਪਟਿਆਲਾ, ਅੰਮ੍ਰਿਤਸਰ, ਮੈਨੂੰ ਲੱਗਦਾ ਕੋਈ ਜ਼ਿਲ੍ਹਾ ਹੀ ਨਹੀਂ ਹੋਣਾ ਜਿੱਥੋਂ ਨੌਜਵਾਨ ਨਾ ਆਏ ਹੋ,
ਤਾਂ ਉਹਨਾਂ ਨੌਜਵਾਨਾਂ ਨੂੰ ਆਪਣਾ ਸੁਨੇਹਾ ਸੀਗਾ ਇੱਕ ਇਸ ਸੋਸ਼ਲ ਮੀਡੀਆ ਦੇ ਰਾਹੀਂ ਕਿ 29 ਤਰੀਕ ਨੂੰ ਆਪਾਂ ਵੱਡਾ ਇਕੱਠ ਰੱਖਣਾ ਤੇ ਵੱਡਾ ਇਕੱਠ ਕਰਕੇ ਇੱਕ ਮਾਰਚ ਆ ਜਿਹੜਾ ਉਹ ਕਿੱਕੀ ਢਿੱਲੋਂ ਦੀ ਜਿਹੜੀ ਕੋਠੀ ਆ ਉਧਰ ਨੂੰ ਲੈ ਕੇ ਜਾਣਾ। ਉੱਥੇ ਦੋਸਤੋ ਕੀ ਹੁੰਦਾ ਕਿ ਪਰਸੋਂ ਇੱਕ ਐਕਸ਼ਨ ਕਮੇਟੀ ਦੀ ਮੀਟਿੰਗ ਹੁੰਦੀ ਹੈ। ਮੈਂ ਵੀ ਇੱਕ ਐਕਸ਼ਨ ਕਮੇਟੀ ਮੈਂਬਰ ਸੀ, ਪਰਿਵਾਰ ਦੇ ਮੈਂਬਰ ਵੀ ਸੀ, ਸਾਰੀਆਂ ਜਥੇਬੰਦੀਆਂ ਦੇ ਮੈਂਬਰ ਸੀ। ਉਸ ਕਮੇਟੀ ਦੇ ਵਿੱਚ ਤੈਅ ਹੋ ਜਾਂਦਾ ਕਿ ਕੱਲ ਨੂੰ ਰੈਲੀ ਕਰਨ ਤੋਂ ਬਾਅਦ ਆਪਾਂ ਜਿਹੜਾ ਮਾਰਚ ਆ ਇੱਥੋਂ ਬਣਿਆ ਬਣਾਇਆ ਉਹ ਲੈ ਕੇ ਜਾਣਾ ਕਿੱਕੀ ਦੇ ਘਰ ਵੱਲ। ਦੋ ਵਾਰੀ ਸਟੇਜ ਤੋਂ ਬੁਲਾਰੇ ਵੱਲੋਂ ਬੋਲ ਦਿੱਤਾ ਗਿਆ ਸਟੇਟ ਸੈਕਟਰੀ ਵੱਲੋਂ ਵੀ ਭਾਈ 3 ਵਜੇ ਦੇ ਕਰੀਬ ਆਪਾਂ ਉਧਰ ਨੂੰ ਲੈ ਕੇ ਚੱਲਾਂਗੇ। 3 ਵਜੇ ਆ ਕੇ ਐਕਸ਼ਨ ਕਮੇਟੀ ਨੇ ਫੈਸਲਾ ਕਰ ਲਿਆ, ਕਹਿੰਦੇ ਵੀ ਅਸੀਂ ਤਾਂ ਜਾਣਾ ਨੀ, ਜਿਹਨੇ ਜਾਣਾ ਉਹ ਬਗਜੋ। ਚਲੋ ਉੱਥੇ ਨੌਜਵਾਨਾਂ ਨੇ ਇਹ ਮੰਗ ਉਠਾਤੀ ਵੀ ਆਪਾਂ ਤਾਂ ਮਾਰਚ ਕਰਨਾ ਹੀ ਕਰਨਾ। ਜਦੋਂ ਮੈਂ ਐਕਸ਼ਨ ਕਮੇਟੀ ਨਾਲ ਗੱਲ ਕੀਤੀ ਮੈਂ ਵੀ ਕਾਰਨ ਕਿਉਂ ਨੀ ਦੇ ਰਹੇ, ਕਾਰਨ ਕੀ ਆ? ਤਾਂ ਉਹ ਕਹਿੰਦੇ ਵੀ ਸਾਨੂੰ ਡਰ ਹੈ ਵੀ ਜਿਹੜੇ ਆਹ ਹੁੱਲੜਬਾਜ਼ ਇਕੱਠੇ ਹੋਏ ਨੇ ਇਹ ਕੋਈ ਨੁਕਸਾਨ ਕਰਨਗੇ, ਕੁਛ ਭੰਨ ਤੋੜ ਕਰ ਫਿਰ ਜੁੜ ਗਿਆ। ਸੋ ਇਹ ਪਰਿਵਾਰ ਨੂੰ ਕਹਿੰਦੇ ਜਾਂ ਤਾਂ ਲੱਖੇ ਨਾਲ ਖੜ ਜਾਓ ਤੇ ਜਾਂ ਸਾਡੇ ਨਾਲ ਖੜ ਜਾਓ। ਹੁਣ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਮੇਟੀ ਵਾਲਿਆਂ ਨੂੰ ਕਿ ਆਹੀ ਤੁਹਾਡਾ ਇਨਸਾਫ਼ ਹੈ? ਆਹੀ ਤੁਹਾਡਾ ਉਸ ਜਸਪਾਲ ਨਾਲ ਤੁਹਾਡੀ ਹਮਦਰਦੀ ਹੈ, ਉਸ ਪਰਿਵਾਰ ਨਾਲ ਹਮਦਰਦੀ ਹੈ? ਆਹ ਤੁਸੀਂ ਕਹਿੰਦੇ ਅਸੀਂ ਵੱਡੇ ਵੱਡੇ ਸੰਘਰਸ਼ ਜਿੱਤੇ ਆ ਕਿ ਐਡੀ ਤੁਹਾਡੀ ਈਗੋ ਜਿਹੜੀ ਐਡੀ ਤੁਹਾਡੀ ਚੌਧਰ ਤੁਹਾਡੇ ਤੇ ਭਾਰੂ ਹੋ ਗਈ ਕਿ ਤੁਸੀਂ ਇਹ ਫੈਸਲਾ ਕਰ ਲਿਆ ਵੀ ਜਾਂ ਲੱਖੇ ਨਾਲ ਖੜੋ। ਵਾਲੀ ਆਇਆ ਉਹ ਇੱਕ ਪ੍ਰਚਾਰਕ ਹੈ, ਕਹਿੰਦੇ ਉਹਨੂੰ ਵੀ ਨੀ ਬੋਲਣ ਦੇਣਾ। ਕਮਾਲ ਆ ਯਾਰ, ਅਸੀਂ ਫਿਰ ਵੀ ਚੁੱਪ ਰਹੇ। ਮੈਂ ਯਾਰ ਨਹੀਂ ਤੁਰੇ ਚੱਲੋ ਕੋਈ ਗੱਲ ਨੀ, ਪਰ ਅੱਜ ਤਾਂ ਇਹਨਾਂ ਨੇ ਜਮਾਂ ਹੱਦ ਪਤਾ ਕਿੱਥੇ ਕੀਤੀ ਆ ਕੇ। ਅੱਥ ਨੇ ਆਈ ਜੀ ਨਾਲ ਮੀਟਿੰਗ ਸੀਗੀ, ਆ ਹੁਣ ਉੱਥੋਂ ਆਏ ਹਾਂ ਅਸੀਂ ਫਰੀਦਕੋਟ ਤੋਂ ਐਸ ਐਸ ਪੀ ਦਫ਼ਤਰ ਦੇ ਮੂਹਰੋਂ ਉੱਠ ਕੇ। ਆਈ ਜੀ ਇਹਨਾਂ ਨੂੰ ਕਹਿੰਦਾ, ਛੀਨਾ ਆਈ ਜੀ ਹੈ, ਆਈ ਜੀ ਇਹਨਾਂ ਨੂੰ ਕਹਿੰਦਾ ਆਹ ਮੁੰਡਾ ਬੈਠਾ ਬਿਰਤਪਾਲ, ਇਹ ਮੈਂ ਨਾਲ ਭੇਜਤਾ ਸੀਗਾ ਪਰਿਵਾਰ ਦੇ। ਮੈਂ ਤੁਸੀਂ ਨਾਲ ਜਾਵੜਾ, ਮੈਂ ਆਪਾਂ ਤਾਂ ਕਮੇਟੀ ਚ ਹੈ ਨੀ, ਮੈਂ ਤੂੰ ਪਰਿਵਾਰ ਚੱਲ ਪਿਆ ਰੋਕ ਲਾ। ਅੱਜ ਜਿਹੜੀ ਜਿੱਥੋਂ ਮੇਰਾ ਮਨ ਆ ਕੇ ਮੈਂ ਬੋਲਣ ਨੂੰ ਮਜਬੂਰ ਹੋਇਆ ਕਿ ਯਾਰ ਹੁਣ ਇੰਨਾ ਇੰਨੇ ਘਟੀਆ ਮਤਲਬ ਕਿ ਇਹ ਹੇਠਲੇ ਪੱਧਰ ਤੇ ਆ ਜਾਂਦੇ ਆ। ਆਈ ਜੀ ਛੀਨਾ ਇਹਨਾਂ ਨੂੰ ਕਹਿੰਦਾ, ਕਮੇਟੀ ਬੈਠੀ ਸਾਰੀ ਇਹਨਾਂ ਦੀ 20-21 ਮੈਂਬਰ ਬੈਠੇ ਸੀ। ਆਈ ਜੀ ਕਹਿੰਦਾ ਯਾਰ ਤੁਸੀਂ ਤਾਂ ਵਧੀਆ ਸ਼ਾਂਤਮਈ ਆਪਦੀ ਰੈਲੀ ਕਰ ਰਹੇ ਸੀ, ਲੱਖੇ ਨੇ ਖੜ ਪਾਇਆ ਆ ਕੇ। ਲੱਖਾ ਹੀ ਕਹਿੰਦਾ ਅਸੀਂ ਮਾਰਚ ਕਰਨਾ, ਉਹ ਉੱਥੋਂ ਚੱਲ ਕੇ ਆਉਂਦਾ ਐਡੀ ਦੂਰੋਂ, ਉਹ ਖਰਾਬ ਕਰਦਾ ਕੰਮ। ਉਹਨੂੰ ਪਤਾ ਕੀ ਕਹਿੰਦੇ? ਇੱਕ ਨਾ ਬੰਦਾ ਬੋਲਿਆ ਕਮੇਟੀ ਦਾ ਮੈਂਬਰ, ਕਹਿੰਦਾ ਜੀ ਲੱਖੇ ਦੇ 307 ਦਾ ਪਰਚਾ ਤੁਸੀਂ ਫੜਦੇ ਕਿਉਂ ਨੀ? ਆਹ ਕਰਤੂਤ ਇਹਨਾਂ ਦੀ। ਮੈਂ ਉਸ ਪਰਿਵਾਰ ਨਾਲ ਸੰਘਰਸ਼ ਚ ਖੜਾ, ਮੈਂ ਇਹਨਾਂ ਦੇ ਇਸ ਗੱਲ ਦੇ ਬਾਵਜੂਦ ਵੀ ਇਹ ਕਹਿੰਦੇ ਵੀ ਲੱਖਾਂ ਤੋਂ ਰੁਪਇਆ ਸਾਡਾ, ਮੈਂ ਫਿਰ ਵੀ ਮੈਂ ਕੋਈ ਨੀ ਯਾਰ, ਤੁਸੀਂ ਚੱਲੋ ਜਿਵੇਂ ਚੱਲਦੇ ਆ ਤੁਹਾਡੇ ਮਗਰ, ਪਹਿਲਾਂ ਤੁਸੀਂ ਦੇਖੋ ਜ਼ੋਰ ਲਾ ਕੇ, ਪਰ ਅਸੀਂ ਆਪਣਾ ਆਪਦਾ ਹਿਸਾਬ ਅਸੀਂ ਦੇਖ ਲਾਂਗੇ ਬਾਅਦ ਚ। ਅਸੀਂ ਫਿਰ ਵੀ ਭਰਾਵੋ ਇਹਨਾਂ ਨਾਲ ਐਂਡ ਤੇ ਤੋਂ ਆਹ ਗੱਲ ਆ ਕੇ ਇਹਨਾਂ ਨੇ ਕੀਤੀ ਕਿ ਲੱਖੇ 307 ਦਾ ਪਰਚਾ ਤੁਸੀਂ ਫੜਦੇ ਕਿਉਂ ਨੀ? ਤਾਂ ਆਈ ਜੀ ਪਤਾ ਕੀ ਕਹਿੰਦਾ? ਆਈ ਜੀ ਕਹਿੰਦਾ ਮੇਰੇ ਕੋਲ 4 ਜ਼ਿਲ੍ਹੇ ਹੈ, ਮੋਗਾ, ਫਰੀਦਕੋਟ, ਫਾਜ਼ਿਲਕਾ ਤੇ ਫਿਰੋਜ਼ਪੁਰ। ਕਹਿੰਦਾ ਉਹਦੇ ਪਰਚਾ ਹੈਗਾ ਮੁਕਤਸਰ ਜ਼ਿਲ੍ਹੇ ਦਾ, ਕਹਿੰਦਾ ਮੈਨੂੰ ਠੇਕਾ ਨੀ ਲਿਆ ਸਾਰੇ ਪੰਜਾਬ ਦਾ। ਸੋ ਇਹ ਐਸ ਘਟੀਆ ਇਹ ਕਹਿੰਦੇ ਅਸੀਂ ਜੀ ਬਹੁਤ ਸੰਘਰਸ਼ਸ਼ੀਲ ਹਾਂ, ਅਸੀਂ ਬੜੇ ਸੰਘਰਸ਼ ਜਿੱਤੇ, ਬੜੇ ਘੋਲ ਜਿੱਤੇ। ਮੈਨੂੰ ਨੀ ਪਤਾ ਇਹਨਾਂ ਦਾ ਵੀ ਐਡੇ ਇੰਨੀ ਕਮੀਨਗੀ ਤੇ ਆ ਜਾਣਗੇ, ਇਸ ਦਰਜੇ ਤੱਕ ਆ ਜਾਣਗੇ। ਤਾਂ ਭਰਾਵੋ ਮੈਂ ਅੱਗੇ ਬੋਲਿਆ, ਮੈਂ ਫਿਰ ਵੀ ਕਹਿਣਾ ਕਿ ਆਪਾਂ ਪਰਿਵਾਰ ਨਾਲ ਖੜਨਾ। ਮੈਂ ਅੱਜ ਵੀ ਹੁਣ ਅਸੀਂ ਪਰਿਵਾਰ ਕੋਲੋਂ ਆਏ ਹਾਂ ਉੱਠ ਕੇ ਵੀ ਜਦੋਂ ਤੁਸੀਂ ਕੋਈ ਵੀ ਸੱਦਾ ਦੇ ਦਿਓ ਕਿਸੇ ਪ੍ਰਕਾਰ ਦਾ, ਜਿੰਨਾ ਚਿਰ ਤੁਹਾਨੂੰ ਕੋਈ ਤੁਹਾਡੀ ਗੱਲ ਰਾਹ ਨੀ ਪੈਂਦੀ,
ਕੋਈ ਕਿਨਾਰੇ ਨੀ ਲੱਗਦੀ ਗੱਲ। ਅਸੀਂ ਤੁਹਾਡੇ ਨਾਲ ਜਿਹੜਾ ਮਰਜ਼ੀ ਤੁਹਾਡਾ ਸੱਦਾ ਹੋਊਗਾ ਅਸੀਂ ਉਹਦੇ ਕਬੂਲ ਕਰਾਂਗੇ। ਤੇ ਮੈਂ ਤੁਹਾਨੂੰ ਵੀ ਅਪੀਲ ਕਰਦਾ ਜਿੱਦੇ ਭਰਾਵੋ ਆਪਾਂ ਕੋਈ ਸੱਦਾ ਦਿੱਤਾ ਪਰਿਵਾਰ ਨੇ ਆਪਣਾ ਸਾਰਿਆਂ ਦਾ ਫਰਜ਼ ਬਣਦਾ, ਪਰ ਇਹਨਾਂ ਨੇ ਤਾਂ ਯਾਰ ਜਮਾ ਹੀ ਅੱਜ ਜਲੂਸ ਕੱਢ ਕੇ ਰੱਖਤਾ। ਬਹਿਰਹਾਲ ਲੱਖਾ ਸਿਧਾਨਾ ਦੇ ਅਸਤੀਫਾ ਦੇਣ ਤੋਂ ਬਾਅਦ ਸੰਘਰਸ਼ ਠੰਡਾ ਪੈ ਗਿਆ ਲੱਗਦਾ। ਹੁਣ ਦੇਖਣਾ ਹੋਵੇਗਾ ਜਸਪਾਲ ਕਤਲ ਕੇਸ ਵਿੱਚ ਇਨਸਾਫ ਮਿਲੇਗਾ ਜਾਂ ਫਿਰ ਇਹ ਮਾਮਲਾ ਆਪਸੀ ਲੜਾਈ ਦੀ ਭੇਟ ਚੜ ਜਾਵੇਗਾ। ਬਿਊਰੋ ਰਿਪੋਰਟ, ਡੇਲੀ ਪੋਸਟ, ਪੰਜਾਬੀ। धरती से जुड़ा खेल कबड्डी, दाव पेच, उठक पटक, चाल पे चाल, जैसे एनर्जी का डबल धमाल। मुझे प्यार है इस गेम से, खुशी है इस बात की कि ये गेम बदलेगा। 13 में से देखिए इंडो इंटरनेशनल प्रीमियर कबड्डी लीग, जहां होगी हुनर की टक्कर जज्बे से। ਕੈਨੇਡਾ ਸਟੂਡੈਂਟ ਵੀਜ਼ਾ ਤੇ ਜਾਣ ਵਾਲਿਆਂ ਲਈ ਹੁਣ ਖਾਸ ਖੁਸ਼ਖਬਰੀ, GIC ਦੀ ਫੀਸ ਨਹੀਂ ਵੱਧ ਰਹੀ। ਇਫੈਕਟਿਵ 1 ਅਪ੍ਰੈਲ ਤੋਂ GIC ਦੀ ਫੀਸ 10,200 ਹੀ ਰਹੇਗੀ। ਸੋ ਜੇ ਤੁਸੀਂ ਸਪਟੈਂਬਰ ਜਾਂ ਜਨਵਰੀ ਸੈਸ਼ਨ ਲਈ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਤੇ ਅੱਜ ਹੀ ਕਾਲ ਕਰੋ 9253 9563।